जू ओ सजू ਕੋਈ ਆ ਕਿਥੋਂ ਕੜਮਾ ਕੜਮਾ ਹੀ ਆਇਆ ਗੱਲ ਤਾਂ ਸੁਣਾ ਮੇਰੀ ਪਹਿਲੀ ਗੱਲ ਬਣ ਲੱਗੇ ਨਾਗਾ ਓ ਹਾਂ ਅੱਜ ਆਪਾਂ ਚੱਲਾਂ ਸੰਗਰੂਰ ਉਹ ਕਿਹੜਾ ਸੰਗਰੂਰ ਮੈਂ ਤਾਂ ਆਪਦੀ ਘਰ ਨੂੰ ਜਾ ਕੇ ਆਉਣਾ ਯਾਰ ਸੁਲਤਾਨ ਹੈ ਸੰਗਰੂਰ ਨਾ ਡੀਸੀ ਦਾ ਉੱਤਰ ਆਪਾਂ ਦੇ ਮੂਰੇ ਕਾਠਾ ਜੁਰਨ ਦੇ ਕਹਿੰਦਾ ਵੱਲੋਂ ਜਿਹੜਾ ਆਪਣੇ ਮਾਸੂਮ ਹਸਪਤਾਲ ਧਰਨੇ ਲਾ ਦਦੀਗਾ ਹਾਂ ਇਹ ਤਾਂ ਵਿਰੋਧੀ ਰੋਕ ਦੇ ਤੇ ਹਾਂ ਉਹ ਵਿਰੋਧੀ ਗਏ ਮੰਨ ਹੁਣ ਸਰਕਾਰ ਨੂੰ ਪੁੱਛਣਾ ਵੀ ਤੁਸੀਂ ਹਸਪਤਾਲ ਦਾ ਕੰਮ ਕਦੋਂ ਚਲਾਓਗੇ ਹੁਣ ਸਰਕਾਰ ਨਹੀਂ ਮੰਨ ਰਹੀ ਉਹ ਮੇਰੇ ਨਾਲ ਕਿਹੜਾ ਪੁੱਛ ਤੂੰ ਯਾਰ ਤੂੰ ਇਕੱਲੇ ਜਾਇਓ ਮੈਂ ਤਾਂ ਜਾ ਕੇ ਆਣਾ ਬਾਈ ਯਾਰ ਬਾਰੀ ਆ ਯਾਰ ਨਾ ਨਾ ਮੇਰੀ ਕੋਈ ਬਾਰੀ ਨਹੀਂ ਮੈਂ ਤਾਂ ਰੁਪਈਏ ਦੇ ਦੂੰਗਾ तू ओही भैन भून तो नहीं बल्ले 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 लेख लूक तो अज के देखी लोग तेरे कि देखे सारे उ ਉੱਥੇ ਐਨੀਆਂ ਕੁੜੀਆਂ ਫਿਰਦੀਆਂ ਨੇ ਮੈਂ ਦੱਸ ਕੀ ਹੂਰਾ ਬਦੇ ਜਿਹੜਾ ਮੇਰੇ ਬਿਨੀ ਦੇਖਣਗੇ ਨਾ 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 ਅੱਜ ਉਹਨਾਂ ਨੇ ਨਿਗਾਹ ਮਾਰਦਾ ਕੋਈ ਅੱਜ ਤਾਂ ਹਰੇਕ ਕੋਈ ਬੜਾ ਬੜੀ ਚੱਕਮੀ ਲਈ ਫਿਰਦਾ ਤੁਸੀਂ ਆਪਦੇ ਆਪ ਨੂੰ ਬੁੜਾ ਕਹਿੰਦੇ ਹੋ ਪਰ ਮੇਰੇ ਲਈ ਤੁਸੀਂ ਨਹੀਂ ਹੈ ਅੱਛਾ ਜੀ ਆ ਚਲੀ ਫਿਰ ਚੱਲੀ ਫਿਰ ਹੁਣ ਟਾਈਮ ਨਾ ਬੜਾ ਹੋ ਕਰੀਏ ਆਪਾਂ ਹੱਥ ਫੜ ਕੇ ਚੱਲ ਆ ਜਾਓ ਹੱਥ ਫੜ ਕੇ ਚੱਲਾਂਗੇ ਅੱਛਾ ਜੀ ਮੈਂ ਸੰਗੇ ਲੱਗੀ ਜਾਂਦੀ ਹੈ ਕੋਈ ਆ ਕਿੱਥੋਂ ਆ ਗਿਆ ਮੇਰਾ ਸਾਲਾ ਹੁਣ ਅਸੀਂ ਓਏ ਇਸਤਾਂ ਨਾ ਨਾ ਹਸਪਤਾਲ ਜਾਵਾਂਗੇ ਪਹਿਲਾਂ ਉਤੋਂ ਕਹਾਂ ਦੇਖਾਂ ਜੇ ਘੁੰਮਣ ਜਾਇਆ ਗਿਆ ਓ ਬਾਪੂ ਓਏ ਬਾਪੂ ਦੋ ਦਿਨਾਂ ਜੀ ਦੋ ਦਿਨਾਂ ਝੂਠ ਬੋਲਣ ਲੱਗ ਗਿਆ ਕਿਉਂ ਸ਼ਰਮ ਮੰਨ ਲੈ ਸ਼ਰਮ ਮੰਨ ਲੈ ਨਾ ਨਾ ਪੁੱਤ ਤੂੰ ਜਾਣਾ ਹੈ ਹਸਪਤਾਲ 'ਚ ਹੈ ਚਲ ਟਾਈਮ ਮਿਲ ਕੇ ਕਹਾਂ ਲੰਘ ਚੱਲਾਂਗੇ ਹਸਪਤਾਲ 'ਚ ਕੌਣ ਬਿਮਾਰ ਆ ਕਰ ਗੱਲ ਹੁਣ ਘੁੰਮਣੀ ਆਣਾ ਦੀ ਸੱਚੀ ਦੱਸ ਦੇ ਤੂੰ ਦੱਸ ਦੇ ਘੁੰਮਣ ਜਾਣਾ ਸੀ ਅਸੀਂ ਜਾਏ ਨਾ ਕੋਈ ਲੋੜ ਨਹੀਂ ਮੇਰੇ ਸਾਲੇ ਸੋਡਲ ਜਨਾਨੀ ਨੇ ਸਾਰਾ ਭਾਂਡਾ ਭਣਤਾ ਪਹਿਲੇ ਉਸ ਨਹੀਂ ਪਤਾ ਜਾਣਿਆ ਸੀ ਫਿਰ ਅਸੀਂ ਨਾ ਝੀਲ ਤੇ ਚੱਲਨੇ ਆ ਤੂੰ ਐ ਕਰੀ ਘਰ ਸਾਂਭੀ ਬਾਅਦ ਚੋਂ ਮੈਂ ਘਰ ਸਾਹਮਣੇ ਚਪੜਾਸੀ ਰੱਖਿਆ ਮੈਂ ਲੈ ਉਮਰ ਮੇਰੇ ਘੁੰਮਣ ਦੀ ਚੋਜ ਤੁਸੀਂ ਕਰਦੇ ਫਿਰਦੇ ਹੋ ਜੀ ਤਾਂ ਐ ਕਰਦਾ ਉਸੇ ਜੀ ਜੇ ਧੱਕਾ ਦੇਣਾ ਮਗਰ ਖੜਾ ਕੀ ਉਹ ਮੇਰਾ ਤਾਂ ਐ ਜੀ ਕਰਦਾ ਮੈਂ ਵੀ ਤੁਹਾਨੂੰ ਕਿਸ਼ਤੀ ਦਵਾ ਕੇ ਆਵਾਂ ਉੱਥੇ ਕੋਈ ਨਾ ਤੈਨੂੰ ਵੀ ਲਾਵਾਂ ਗਾਣ ਝੂੜਾ ਦਵਾ ਕੇ ਚੱਲੀ ਜੀ ਝੂੜਾ ਤਾਂ ਮੈਂ ਹੇ ਦਵਾਉਂ ਤੈਨੂੰ ਹਾਏ ਹਾਏ ਉਹ ਬਾਪੂ ਰਹਿਣ ਦੇ ਦੁਕਾਨ ਤੋਂ ਰੂਸ ਕੱਢੀ ਜਾਣਾ ਯਾਰ ਉਹ ਹਾਂ ਅੱਜ ਤਾਂ ਜਾਣ ਦੇ ਮੇਰੀ ਗੱਲ ਸੁਣੋ ਹੁਣ ਨਾ ਤੁਸੀਂ ਆਪ ਗੱਡੀ ਸਿੱਖ ਲਓ ਕਿਰਾਏ ਤੇ ਨਾ ਗੱਡੀ ਬਹੁਤ ਮਹਿੰਗੀ ਪੈਂਦੀ ਆ ਓਏ ਨਹੀਂ ਆਪਾਂ ਤਾਂ ਰਾਜਾ ਵਾਂਗੂ ਪਿੱਛੇ ਬਹਿ ਕੇ ਗਿਆ ਮੌਜਾਂ ਨਾਲ ਆਪਾਂ ਨੂੰ ਸਿੱਖਣ ਦੀ ਕੀ ਲੋੜ ਹੈ 100 ਟੈਨਸ਼ਨਾਂ ਮੇਰੇ ਸਾਲੇ ਦੀਆਂ ਹਾਂ ਇਹਦੀ ਗੱਲ ਸਹੀ ਹੈ ਵੈਸੇ ਮਜ਼ਾ ਬਹੁਤ ਆਇਆ ਆ ਨਜ਼ਾਰਾ ਸੋਹਣ ਮੈਂ ਜਦੋਂ ਪਿੱਛੋਂ ਤੈਨੂੰ ਕਿਸ਼ਤੀ ਤੇ ਫੜ ਕੇ ਬੈਠਾ ਹੈ ਨਾ ਮੈਂ ਤਾਂ ਅਜੇ ਵੀ ਉਹੀ ਯਾਦ ਆਈ ਜਾਂਦਾ ਚਲ ਠੀਕ ਆ ਹੁਣ ਸਦਮਾ ਨਾ ਖਾ ਲਿਓ ਕਿ ਸਦਮਾ ਦਾ ਕਿੱਥੇ ਚੱਲ ਤੂੰ ਚੱਲ ਹੈ ਅੰਦਰ ਆਉਣਾ ਮੈਂ ਵੀ ਚਲ ਮੈਂ ਆ ਦੇਖਦੀ ਕਿ ਪਾਲ ਹਾਂ ਪਾਪਾ ਦੇਖ ਲੈ ਦਵਾਰੇ ਅੱਜ ਤਾਂ ਬੜੀ ਹਦੀ ਬੜੀ ਨਿਖਰੀ ਫਿਰਦੀ ਆ ਹੁਣ ਆਉਂਦੇ ਫੋਨ ਗੁਰਪ੍ਰੀਤ ਨੂੰ ਆਧਾਰ ਕਾਰਡ ਦੀ ਮਾਂ ਦੇ ਪੁੱਤਾ ਅੱਜ ਹੀ ਲੋੜਕ ਹੈ ਹੈਲੋ ਹਾਂ ਬੋਲਿਆ ਤੂੰ ਦੇਖ ਹੀ ਨਹੀਂ ਆਧਾਰ ਕਾਰਡ ਆ ਤੂੰ ਪਤਾ ਵੀ ਗੁਰਪ੍ਰੀਤ ਬੋਲਦਾ ਬੋਲਦਾ ਤਾਂ ਉਹ ਸਿਆਣੇ ਬੰਦੇ ਸੀ ਉਹੀ ਕਹਿੰਦੇ ਆ ਬਣਦਾ ਨਹੀਂ ਉਹ ਯਾਰ ਤੂੰ 5-10 ਹਜ਼ਾਰ ਹੋਰ ਲੈਣਾ ਲੈਣਾ ਬਣਦਾ ਕਿਉਂ ਨਹੀਂ ਜਮੀ ਨਹੀਂ ਬਣਦਾ ਹੈ ਚੱਲ ਚੰਗਾ ਠੀਕ ਹੈ ਹੁਣ ਤਾਂ 5-10 ਹਜ਼ਾਰ ਹੋਰ ਦੇ ਦੇਣਾ ਚੱਲ ਧੱਕੇ ਖਾ ਜਾ ਨਹੀਂ ਬਣਦਾ ਫਿਰ ਲੈ ਬਣਦਾ ਨਹੀਂ ਪਰ ਅੱਜ ਤਾਂ ਉਹੀ ਨਰੋਲ ਹੀ ਅੱਖ ਚੱਪਣਾ ਪਊ ਕਿਹੜਾ ਆਧਾਰ ਕਾਰਡ ਆ ਅੱਜ ਤਾਂ ਨਹੀਂ ਰਿਹਾ ਜਾਂਦਾ ਇੰਝ ਦੇਖ ਕੇ ਗਰਮੀ ਬਾਹਲੀ ਹੋ ਗਈ ਬਾਹਰ ਤਾਂ ਗਰਮੀ ਤਾਂ ਹੋ ਗਈ ਜੀ ਨਾ ਰੋਜ਼ ਤਾਂ ਤੁਸੀਂ ਮੰਜਾ ਡਾ ਕੇ ਅੱਡ ਪੈਨੇ ਹੋ ਅੱਜ ਬੈੱਡ ਤੇ ਆ ਗਏ ਅੱਜ ਮੇਰਾ ਉਹੀ ਚਿੱਤ ਕਰਾਂ ਮੈਂ ਉਹੀ ਕਰੀ ਜਾਂਦਾ ਮੈਂ ਹਾਂ ਚਲ ਇਹ ਬੈੱਡ ਦੀ ਪੈ ਜਾਨੇ ਕਿਉਂ ਕੀ ਹੋ ਗਿਆ ਚਿੱਤ ਨੂੰ ਨਾ ਚਿੱਤ ਨੂੰ ਤਾਂ ਕੀ ਹੋਣਾ ਹੈ ਬਾਕੀ ਮੈਂ ਹਾਂ ਆਪਾਂ ਵੀ ਹੁਣ ਆਪਦੇ ਜਵਾਬ ਦਾ ਵੀ ਸੋਚਣਾ ਗਾਹਾਂ ਮੈਨੂੰ ਤਾਂ ਲੱਗਦਾ ਤੇਰਾ ਦਿਮਾਗ ਫਿਰ ਗਿਆ ਕਿਉਂ ਨਾ ਐਡਾ ਵੱਡਾ ਮੁੰਡਾ ਹੋ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਆ ਗੱਲਾਂ ਕਰਦੇ ਨੂੰ ਸ਼ਰਮ ਇਹ ਕੰਮ ਹੁਣ ਕਾਹਦੀ ਹੈ ਆਪਦਾ ਜਵਾਬ ਵੀ ਹੋਣਾ ਚਾਹੀਦਾ ਉਹ ਤਾਂ ਕਿਸੇ ਦਾ ਹੋਰ ਹੈ ਹਾਂ ਨਹੀਂ ਆਏ ਨਹੀਂ ਮੇਰਾ ਤਾਂ ਚੱਲ ਹੈਗਾ ਤੇਰਾ ਤਾਂ ਨਹੀਂ ਹੈਗਾ ਆਪਦਾ ਉਹ ਮੈਂ ਤਾਂ ਜੀ ਆਪਦਾ ਹੀ ਸਮਝਦੀ ਆ ਕੌਣ ਨੂੰ ਸਮਝਦੀ ਭਾਵੇਂ ਜੋ ਮਰਜ਼ੀ ਸਮਝੀ ਜਾਵੇ ਨਾ ਨਾ ਮੇਰਾ ਤਾਂ ਹੁਣ ਜੀ ਕਰ ਵੀ ਇਸੇ ਛੋਟਾ ਜਵਾਬ ਵੀ ਫਿਰੇ ਇੱਕ ਭੱਜਿਆ ਮੇਰੀ ਗੱਲ ਸੁਣ ਲਓ ਮੇਰੇ ਤੋਂ ਨਹੀਂ ਜੰਮੇ ਜਾਂਦੇ ਜਵਾਕ ਤੂੰ ਤਾਂ ਭੱਜੀ ਫਿਰੇਗੀ ਮੈਂ ਤਾਂ ਇਹਦਾ ਇਸੇ ਰਿਮੋਟ ਦੇ ਕੇ ਠੰਡੀ ਤਾਂ ਗਰਮ ਅੜੀ ਗਰਮ ਤਾਂ ਦੇਖ ਕਿੰਨੀ ਹੋਈ ਪਈ ਹੈ ਪਤਾ ਨਹੀਂ ਕੀ ਪਿਆ ਹੋਣਾ ਕਿਤੇ ਉਧਰ ਦੇਖ ਲਓ ਇਧਰ ਤਾਂ ਨਹੀਂ ਕਿਤੇ ਮੇਰੀ ਗੱਲ ਸੁਣ ਲਓ ਜੀ ਉੱਥੇ ਅੱਡ ਮੰਜਾ ਡਾਲੋ ਮੇਰਾ ਨਹੀਂ ਮੰਜੇ ਤੇ ਇਕੱਲੇ ਦਾ ਜੀਰਾ ਦਾ ਮੈਂ ਤੇਰੇ ਨਾਲ ਹੀ ਪਊਂਗਾ ਜੇ ਚੁੱਪ ਕੇ ਇੱਧਰ ਨੂੰ ਹੋ ਕੇ ਪੈ ਜਾ
मेरा तो जी कर ना एसी जा पट के बाहर सुटदा। चल आप दूजे कमरे च पैने दोनों चल के चल चलिए। मैं तो इत पी तुम प्यो पुत बग जो इतो पता नहीं की बड़का गया जी उधर पे हम शुक्र है मुंडे जी ने आके अच मेरी जान बचाती नहीं बुढ़े जी पता नहीं की कीड़ा चढ़िया सी अच ना देख डोर के की पता जवा गया सौ गया मेरा साल जागता पिया जो करना पे भी बहुत औखा बहुत ज्यादा औखा कर दी नींद मैं कहना तू की हो कमरे च रात सौ मिल गया भी नहीं सौ देंगे है मच्छर देंगे
बंदे नूं बड़ा काम भी नहीं करना चाहिए घूमना फिर मन चाहिए बड़ा मोटा मन परचावा होंदा रहे रुपये चाहे मेरा साला मेरा 10,000 लग ही जाए जाओ टूर सट के कि जाओ बचाले पाई ले मैं मम्मी ने फोन लै फिर मां का मोह मां का मैं नहीं करना मां का मोह प्यो तो मोह करता नहीं पहला चढ़ जाता है चल 100 करने बंद ने तू ए कर शेर बन के मना के टू टार ले जा कि होर पा जाओ एक दो दिन लाओ घंटा नहीं निकला घरों पता नहीं की हो गया मेरे साल दिन मर्जी वायो कश्मीर ठीक है पता जवाक मना ही लवे तू फिक्र ना कर जिमें तू कहना ना उमी होगा जी मैं तेनों इत्थे बुला लिया ना होर स्यापा छूगा एक तो प्यो पुत्र मेरा खड़ा नहीं छड़ते है जिमें गुड़ते मक्खियां लगते ना ऐ मेरे मगर भिण भिण करते फिरते रहते हैं प्यो भरा हों पुत सवाद लैन आ जाता मेरे डैडी ने की किया फलाना की किया वह फलाना बंदा क्यों आया सी मैं सारी सैटिंग ना की पई आ बस जो भी तू आएगा ना मैं एक दिन पहला दस दे फिर मैं तेन दसूंगी भी इतों किमें ते की करना हाँ बाकी रही गल बुढ़े की इनू तो मैं कुछ समझती नहीं हैगी ये तो अखाच कसून दे रहूगा भी मैं कि विह करा लिया ਚੰਗੀ ਜਵਾਨੀ ਚੜਾਈ ਆਪਦੇ ਆਪ ਨੂੰ ਦਾੜੀ ਕਾਲੀ ਕਰੀ ਬੈਠੇ ਆ ਦਾੜੀ ਕਾਲੀ ਕਰਕੇ ਨਾ ਇਹਨਾਂ ਦੀ ਜਵਾਨੀ ਦੁਬਾਰੇ ਮੁੜ ਗਈ ਹੈ ਆਹੋ ਮੁੜੇ ਹੀ ਆ ਇਨਫੈਕਸ਼ਨ ਹੋ ਜਾਂਦੀ ਹੈ ਕਿਹੜੀ ਇਨਫੈਕਸ਼ਨ ਹੌਲੀ ਹੌਲੀ ਤਾਂ ਮੈਂ ਜਾਣਾ ਜੜੋਂ ਕੰਮ ਕਿਵੇਂ ਲੜੀ ਜਾਂਦੇ ਹੋ ਕਿਵੇਂ ਬਜੋਰੇ ਸਾਹਿਬ ਠੀਕ ਹੈ ਸਤਿ ਸ੍ਰੀ ਅਕਾਲ ਭਾਈ ਮੇਰਾ ਪਹਿਲਾਂ ਨੂੰ ਫਰਕ ਦੇਖ ਲੱਗਦਾ ਜੀ ਮੈਂ ਨਵਾਂ ਮੁੰਡਾ ਹਾਂ ਫਰਕ ਤਾਂ ਨਖਿਆਰ ਤਾਂ ਆ ਗਿਆ ਡੇਲੀ ਮਾਣੀ ਮਾਣੀ ਕਰ ਡੇਲੀ ਭਰਾਈ ਜਾਂਦਾ ਮੈਂ58,000 चेक कर रेट मतलब मैं चल उ मेरा नाप टाइम हो जूगा चल कर जो मर्जी कर लो फिर मैं चला पैसे चक लिया पहला जाके अंदरों ना चल जान दी गाली होगी
ਹਾਂ ਵੀ ਆਪਦਾ ਪੈਸਾ ਟੁੱਕਰ ਚੱਕ ਲਿਓ ਫਿਰ ਉੱਥੇ ਬਾਅਦ ਘਾਟ ਹੋ ਜਾਂਦੀ ਆ ਚੱਕ ਲਈ ਫਿਰ ਹੋਰ ਫਿਰ ਭੁੱਲ ਜਾ ਰਹੇ ਨੇ ਜੇ ਕੰਮ ਦੀ ਗੱਲ ਹੋਵੇ ਨਾ ਜਮਾ ਨਹੀਂ ਆਉਂਦੇ ਮੈਨੂੰ ਹਫ਼ਤਾ ਹੋ ਗਿਆ ਮੈਂ ਤਾਂ ਤੜਕੇ ਉੱਠ ਕੇ ਪਹਿਲਾਂ ਸੋਨੇ ਦਾ ਰੇਟ ਦੇਖਦਾ ਮੈਂ ਤਾਂ ਤੇਰਾ ਫਾਇਦਾ ਹੀ ਕਰਿਆ ਲੈ ਬੜਾ ਐਂ ਕਰ ਫਿਰ ਤੂੰ ਬੈਠ ਮੈਡਮ ਆਉਂਦੀ ਆ ਤੈਨੂੰ ਪੈਸੇ ਲੈ ਕੇ ਮੈਂ ਮਾੜਾ ਜਿਹਾ ਭੰਮਾ ਬੱਦੀ ਇੱਕ ਰਿਸ਼ਤਾ ਜਿਹਾ ਦਿਖਾਇਆ ਹੋਇਆ ਕਿਸੇ ਨੂੰ ਉਹ ਪੱਕ ਜੀ ਪੱਕ ਡੱਕ ਜੀ ਕਰਿਆ ਜੀ ਉਹਨਾਂ ਨਾਲ ਦਿਮਾਗ ਠੀਕ ਹੈ ਨਾ ਤੂੰ ਮੇਰੀ ਕੋਈ ਖਬਰ ਸਾਰੀ ਨਹੀਂ ਲਈ ਹੈਗੀ ਮੁੜ ਕੇ ਨਾ ਤੂੰ ਮੇਰਾ ਫੋਨ ਚੱਕਦੀ ਆ ਜੇ ਕਿਸੇ ਨੇ ਦੇਖ ਲਿਆ ਨਾ ਆਪ ਤਾਂ ਮਰੇਗਾ ਦੇਖੀ ਜਾਣ ਦੇ ਯਾਰ ਕਿਹਦਾ ਦੇਖੀ ਜਾਣ ਦੇ ਤੈਨੂੰ ਮੈਂ ਰੋਜ਼ ਬਦਲ ਮੇ ਨੰਬਰ ਤੋਂ ਫੋਨ ਕਰਦਾ ਮੈਂ ਅੱਜ ਵੀ ਕਰਿਆ ਮੈਂ ਕਿ ਅੱਜ ਵੀ ਕਰਿਆ ਮੈਨੂੰ ਬਹਾਨੇ ਨਾਲ ਆਉਣਾ ਬੰਦਾ ਕਦੇ ਪੈਸੇ ਦੇ ਬਹਾਨੇ ਆਉਣਾ ਕਦੇ ਕਾਹਦੇ ਬਹਾਨੇ ਆਉਣਾ ਤੇ ਤਾਂ ਦਿਮਾਗ ਹਿੱਲਿਆ ਹੋਇਆ ਮੇਰਾ ਥੋੜੀ ਹਿੱਲਿਆ ਤੂੰ ਐ ਤਾਂ ਦੇਖ ਲੈ ਉਹ ਕਿਤੇ ਕੱਲੀ ਤਾਂ ਨਹੀਂ ਸਾਰਾ ਬਜ਼ਾਰ ਆਪਾਂ ਨੂੰ ਫਿਰਦੀ ਚੁੱਪ ਕਰਕੇ ਬੈਠਾ ਮੇਰੀ ਵੀ ਗੱਲ ਸੁਣ ਲਿਆ ਕਰ ਅੜ ਚੱਕ ਮਿੰਟ ਮੇਰੀ ਗੱਲ ਸੁਣ ਮੈਂ ਵੀ ਕਿਹਾ ਮੈਂ ਦੇਖਾਂ ਜਾ ਕੇ ਕਿੰਨੀ ਕੈਸ਼ ਚ ਆ ਹਾਂ ਦੇਖ ਲੈ ਕਿੰਨੀ ਕੈਸ਼ ਚ ਆ ਕੈਸ਼ ਤਾਂ ਹੈਗੀ ਆ ਅੱਛਾ ਤੇਰਾ ਮਤਲਬ ਕੀ ਆ ਫਿਰ ਮੈਨੂੰ ਤਾਂ ਬੋਲ ਤੇ ਦੱਸਣ ਦਾ ਫਰਜ਼ ਨਹੀਂ ਬਣਦਾ ਸੀ ਮੈਨੂੰ ਫੋਨ ਤੇ ਯਾਰ ਕਿਵੇਂ ਦੱਸਾਂ 24 ਘੰਟੇ ਦਾ ਮੱਖੀਆਂ ਵਾਂਗੂ ਮੰਡਰਾਉਂਦੇ ਰਹਿੰਦੇ ਨੇ ਮੇਰੇ ਵਾਲੇ ਦਵਾਰ ਉਹ ਕਿਸੇ ਵੇਲੇ ਤਾਂ ਬਾਹਰ ਹੀ ਜਾਂਦੀ ਹੋਊਗਾ ਨਹੀਂ ਜਾਂਦਾ ਸਿੱਧਾ ਬੈਠਾ ਰਹਿੰਦਾ ਮੇਰੇ ਉੱਚੀ ਬੁਲਾਈ ਉਹ ਸਭ ਕੁਝ ਕਰ ਸਕਦੀ ਹੈ ਜਵਾਨੀ ਜੇ ਕਰਨਾ ਹੋਵੇ ਤੇਰੇ ਦਿਲ 'ਚ ਖੋਟ ਆ ਕੋਈ ਓਏ ਨਹੀਂ ਖੋਟ ਹੈਗਾ ਤੂੰ ਚਾਹੁੰਦਾ ਕੀ ਇਹ ਦੱਸ ਮੈਨੂੰ ਇੱਥੋਂ ਨਿਕਲ ਬਸ ਨਿਕਲ ਗੁੱਡਾ ਗੁੱਡੀ ਦਾ ਖੇਲ ਨਹੀਂ ਹੈਗਾ ਸਮਝ ਗਿਆ ਨਿਕਲ ਗੇਮ ਹੈ ਦਿਮਾਗ ਨਾਲ ਚੱਲਣਾ ਪਊਗਾ ਬਹੁਤ ਦਿਨ ਹੋ ਗਏ ਹੁਣ ਤਾਂ ਅਜੇ ਚੱਲੀ ਨਹੀਂ ਤੇਰੀ ਗੇਮ ਯਾਰ ਤੂੰ ਹਰ ਇੱਕ ਕੰਮ 'ਚ ਇੰਨੀ ਕਾਹਲੀ ਕਾਹਤੋਂ ਕਰਦਾ ਹੁੰਦਾ ਜੇ ਬਾਲਾ ਔਖਾ ਨਾ ਨਹੀਂ ਇੱਥੇ ਹੀ ਰਹਿ ਲੈ ਫਿਰ ਇਹਦੇ ਕੋਲੇ ਜ਼ਿਆਦਾ ਔਖੀ ਆ ਹੌਲੀ ਬੋਲ ਲਾ ਬਾਬਾ ਹੌਲੀ ਬੋਲ ਲਾ ਮੇਰੀ ਗੱਲ ਸੁਣ ਥੋੜਾ ਠੰਡੇ ਮਤੇ 'ਚ ਰਹਿ ਸਿਰਫ 20 ਦਿਨ ਦਾ ਟਾਈਮ ਦੇ ਦੇ ਤੂੰ ਤਾਂ ਖੁਦ ਕਹੇਂਗਾ ਵੀ ਆ ਕੇ ਗੇਮ ਲਾਈ ਆ ਤੂੰ ਇਹੋ ਜਿਹਾ ਕੀ ਖਜ਼ਾਨਾ ਲਗੋ ਰੱਖਿਆ ਤੂੰ ਆ ਜਾ ਦੇਖ ਤੇਰੀ ਪਾਣ ਦੀ ਓਏ ਕਿਉਂ ਤੂੰ ਤਾਂ ਸਾਰਾ ਕੁਝ ਇਕੱਠਾ ਕਰੀ ਖੜੀ ਆ ਹੈਰਾਨ ਹੋਣ ਵਾਲੀ ਕੀ ਗੱਲ ਆ ਗੇਮ ਵੀ ਤੁਸੀਂ ਦੱਸੀ ਸੀ ਨਾ ਫਿਰ ਮੰਨਦੇ ਹੋ ਮੰਨ ਗਿਆ ਸਹੀ ਕਿਹਾ ਸੀ ਨਾ ਵੀ ਸਬਰ ਦਾ ਫਲ ਮਿੱਠਾ ਹੁੰਦਾ ਪਰ ਬਾਲਾ ਘਿਰ ਵੀ ਜਾਂਦਾ ਹੁੰਦਾ ਮੈਂ ਤੈਨੂੰ ਦੱਸਾਂ ਹੁਣ ਬਾਲਾ ਟਾਈਮ ਨਾ ਲਾਈ ਤੁਸੀਂ ਫਿਕਰ ਨਾ ਕਰੋ ਕੋਈ ਮੈਂ ਕਿਹਾ 19 ਗੱਲਬਾਤ ਨਾ ਹੋ ਜੇ ਉਦੋਂ ਪਹਿਲਾਂ ਆਪਾਂ ਸਾਰਾ ਕੁਝ ਹੜੱਪ ਕਰ ਜੀਏ